ਅਸਲਾਮੁਅਲੈਕਮ ਜੀ ਕੀ ਹਾਲ ਚਾਲ ਹੈ ਸਾਰੇ ਬਾਈ ਠੀਕ ਠਾਕ ਹੋ ਰਾਜ਼ੀ ਹੋ ਮਸਜਿਦ ਤੇ ਗੱਲ ਸੁਣਾਈ ਬਾਬੇ ਹੋਰਾਂ ਤੇ ਸਮਾਂ ਬਣ ਦਿੱਤਾ ਉਹਦੀ ਜ਼ਾਤ ਪਾਕ ਜਾਣਦੀ ਐ ਜੋ ਕੁਝ ਆਵਾ ਐ ਬਾ ਤੇ ਪਰਦੇ ਪਾਏ ਸੂ ਕਹਿੰਦੇ ਨੇ ਚੋਰ ਨੇ ਨਾ ਚੋਰੀ ਕੀਤੀ ਤੇ ਘਰ ਵਾਲੇ ਮਗਰ ਲੱਗ ਗਏ ਮਸਜਿਦ ਦੋੜੀ ਦੂਰ ਸੀ ਚਾਰ ਕੋ ਫੁੱਟ ਕੰਦ ਸੀ ਕੰਦ ਟਪ ਕੇ ਉਹ ਅੰਦਰ ਗਿਆ ਗੱਠਰੀ ਉਹਨੇ ਛੁੱਟੀ ਨੇ ਰੇਦੇ ਵਿੱਚ ਤੇ ਨਮਾਜ਼ ਦੀ ਨੀਅਤ ਵਿੱਚ ਖਲੋ ਗਿਆ ਜਦੋਂ ਨਮਾਜ਼ ਨੀਅਤ ਵਿੱਚ ਖਲੋ ਗਏ ਤਾਂ ਪਿੱਛੇ ਦੋ ਭਰਾ ਲੱਗੇ ਸਨ ਇੱਕ ਦੂਜੇ ਨੂੰ ਆਂਦਾ ਫੜਸ ਹੋਇਆ ਆਈ ਦੂਜੇ ਨੇ ਕਿਹਾ ਇਹਨੂੰ ਇਹਨੂੰ ਨਾ ਛੇੜੀਂ ਅੱਲਾ ਦੇ ਨੇਕ ਬੰਦੇ ਨੇ ਤਹਜਤ ਪੜਨ ਲੱਗੇ ਨੇ ਉਹਨੇ ਆਖਿਆ ਉਹ ਅੱਗੇ ਟੁਰ ਗਿਆ ਚੱਲ ਉਹਦੇ ਪਿੱਛੇ ਚੱਲੀਏ ਕਹਿੰਦੇ ਨੇ ਬੰਦਾ ਬੇਜ਼ੋਕ ਨਾ ਹੋਵੇ ਬੇਅਮਲ ਭਾਵੇਂ ਹੋਵੇ ਪਰ ਬੇਹਿਆ ਨਾ ਹੋਵੇ ਚੋਰ ਬੜਾ ਬਾਜ਼ੋਕ ਸੀ ਜਦੋਂ ਉਹਨੇ ਵੇਖਿਆ ਨਾ ਤੇ ਮੂੰਹ ਦੇ ਮੂੰਹ ਸਜਦੇ ਵਿੱਚ ਡਿੱਗ ਪਿਆ ਤੇ ਕਹਿੰਦਾ ਤੇਰੀ ਜ਼ਾਤ ਪਾਕ ਤੂੰ ਮੈਂ ਕੁਰਬਾਨ ਜਾਵਾਂ ਤੇਰੇ ਸਾਹਮਣੇ ਬਗੈਰ ਵਜ਼ੂ ਕੀਤਿਆਂ ਝੂਠੇ ਮੂੰਹ ਨਾਲ ਖਲੋ ਜਾਏ ਜੇ ਤੂੰ ਤਾਂ ਵੀ ਬਚਾ ਲੈਣਾ ਤੇ ਜੇ ਕੋਈ ਸੱਚੀ ਮੁੱੱਚੀ ਖਲੋ ਜਾਵੇ ਤੇ ਫੇਰ ਹਮਾਰੀ ਬੇਵਫਾਈ ਪਰ ਵੀ ਹਮਸੇ ਪਿਆਰ ਕਰਤੇ ਹੋ ਉਹ ਯਾਰ ਸਾਰਾ ਦਿਨ ਹੀ ਉਹਦੀ ਮੁਖਾਲਫਤ ਕਰਨੀ ਦਿਨ ਚੜਨਾ ਤੇ ਉਹਦੀ ਨਾਫਰਮਾਨੀ ਸ਼ੁਰੂ ਕਰਨੀ ਹੈ ਤੇ ਰਾਤ ਫੇਰ ਉਹਦੇ ਦਸਤਰਖਵਾਨ ਤੇ ਬਹਿ ਕੇ ਤੇ ਪੀਜ਼ਾ ਖਾਣੇ ਤੇ پراਠੇ ਖਾਣੇ ਨੇ ਤੇ ਸਾਰੇ ਦੁਨੀਆਂ ਦੀਆਂ ਨੀਮਤਾ ਖਾਣੀਆਂ ਨੇ ہماری ਬੇਵਫਾਈ ਪਰ ਵੀ ਹਮਸੇ ਪਿਆਰ ਕਰਤੇ ਹੋ ਖੁਦਾਵੰਦ ਅਗਰ ਹਮ ਬਵਫਾ ਹੁੰਦੇ ਤਾਂ ਕੀ ਹੋਤਾ ਹਾਏ ਦੁਨੀਆਂ ਬਹਿਰੂਪੀਆਂ ਦੇ ਪਿੱਛੇ ਪਾਗਲ ਹੋ ਗਈ ਏ ਤੇ ਜੇ ਕੋਈ ਰੂਪ ਵਾਲਾ ਹੋਵੇ ਤੇ ਫੇਰ